ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਕੀ ਹਾਲ ਚੱਲ ਅੱਜ ਤੁਹਾਡੇ ਲਈ ਆਪਾਂ ਇੱਕ ਨਵੀਂ ਕਿਚਨ ਲੈ ਕੇ ਆਏ ਆਂ ਇਹ ਜਿਹੜੀ ਕਿਚਨ ਆਪਾਂ ਤਿਆਰ ਕਰ ਰਹੇ ਆਂ ਜੀ ਇਹ ਹੈਗੀ ਆ ਕਰਨਾਲ ਹਰਿਆਣਾ ਕਰਨਾਲ ਦੇ ਵਿੱਚ ਕਰ ਰਹੇ ਆਂ ਤੁਹਾਨੂੰ ਪਤਾ ਵਾ ਪਹਿਲਾਂ ਕੱਲੀਆਂ ਆਪਾਂ ਪੰਜਾਬ ਦੇ ਵਿੱਚ ਕਿਚਨ ਕਰਦੇ ਸੀ ਪਰ ਅੱਜ ਕੱਲ ਕੀ ਆ ਗਿਆ ਹਰਿਆਣਾ ਪੰਜਾਬ ਰਾਜਸਥਾਨ ਹਿਮਾਚਲ ਔਰ ਜਿਹੜਾ ਜੰਮੂ ਦੇ ਵਿੱਚ ਵੀ ਆਪਾਂ ਕਿਚਨ ਤਿਆਰ ਕਰ ਰਹੇ ਹਾਂ ਤੇ ਜੇ ਸਟਾਰਟਿੰਗ ਦੇ ਵਿੱਚ ਗੱਲ ਕਰੀਏ ਇਹ ਤੁਹਾਨੂੰ ਦੱਸਦਾ ਹਾਂ ਹਰਿਆਣਾ ਕਰਨਾਲ ਤੇ ਜਿਹ ਕਿਚਨ ਦੇ ਆਪਾਂ ਸੈਜ ਦੀ ਗੱਲ ਕਰੀਏ ਤੇ ਇਹ ਜਿਹੜੀ ਤੁਸੀਂ ਕਿਚਨ ਦੇਖ ਰਹੇ ਹੋ ਨਾ ਇਹ ਕਿਚਨ ਦਾ ਸਾਈਜ਼ ਹੈਗਾ ਜੀ 10/12 ਦਾ ਤੇ ਇਹ ਜਿਹੜੀ ਕਿਸੇ ਨਾ ਆਪਾਂ ਊ ਸ਼ੇਪ ਤਿਆਰ ਕੀਤੀ ਆ ਤੇ ਪਹਿਲੋ ਆਪਾਂ ਇਹਦੇ ਚ ਜਿਹੜੇ ਮਟੀਰੀਅਲ ਦੀ ਗੱਲ ਕਰਦੇ ਕਿ ਆਪਾਂ ਕਿਸ ਮਟੀਰੀਅਲ ਦੇ ਵਿੱਚ ਕਿਚਨ ਤਿਆਰ ਕਰ ਰਹੇ ਆ ਅੱਜ ਆਪਾਂ ਤੁਸੀਂ ਫਰੰਟ ਤੇ ਵੇਖੋਗੇ ਜਿਹੜਾ ਕਲਰ ਦੇਖ ਰਹੇ ਹੋ ਹਨ ਇਹ ਕਲਰ ਜਿਹੜਾ ਲੱਗਿਆ ਇਹ ਆਪਾਂ ਨਾਰਮਲ ਸਿਨਮਾਈਕਾ ਨਹੀਂ ਲਗਾਉਂਦੇ ਨਾਰਮਲ ਤੁਸੀਂ ਘਰਾਂ ਦੇ ਵਿੱਚ ਜਿਵੇਂ ਤਿਆਰ ਕਰਦੇ ਜਿਆਦਾਤਰ ਅਕਸਰ ਮੈਂਕਾ ਆਪਾਂ ਬਾਜ਼ਾਰ ਤੋਂ ਲੈ ਕੇ ਸਿਨਮਾਈਕਾ ਲਗਾ ਲੈਂਦੇ ਜਾਂ ਹੋਰ ਕੋਈ ਚੀਜ਼ ਲਗਵਾ ਲੈਂਦੇ ਬਟ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਤੁਸੀਂ ਆਪਣੀਆਂ ਕਿਚਨਾਂ ਦੇਖ ਰਹੇ ਇਹਦੇ ਵਿੱਚ ਹਮੇਸ਼ਾ ਆਪਾਂ ਅਕ੍ਰੀਲਿਕ ਦੇ ਯੂਜ਼ ਕਰਦੇ ਆਂ 1mm اور 1.5mm ਇਹ ਦੋਨੋਂ ਦੇ ਵਿੱਚ ਆਪਾਂ ਕੈਰੇਲਿਕ ਤਿਆਰ ਦੇ ਵਿੱਚ ਕਿਚਨ ਤਿਆਰ ਕਰਦੇ ਔਰ ਜਿਹੜੀ ਤੁਸੀਂ ਇਹ ਕਿਚਨ ਦੇਖ ਰਹੇ ਆ ਇਹ ਆ ਜੀ ਆਪਾਂ ਕੀਤੀ 1.5mm ਦੇ ਵਿੱਚ ਤਿਆਰ ਉਹ 1.5mm ਦੇ ਵਿੱਚ ਫਿਨਿਸ਼ਿੰਗ 1mm ਦੀ ਬਜਾਏ 1.5mm ਦੇ ਵਿੱਚ ਜ਼ਿਆਦਾ ਆਉਂਦੀ ਹੈ ਇਸ ਕਰਕੇ ਮੋਸਟਲੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ 1.5mm ਦੇ ਵਿੱਚ ਕਿਚਨ ਤਿਆਰ ਕੀਤੀ ਜਾਵੇ ਤੇ ਜਿਹੜਾ ਬੋਰਡ ਯੂਜ਼ ਕੀਤਾ ਉਹ HDHMR ਵਾਟਰਪੂਫ ਔਰ ਟਰਮਾਈਡ ਪ੍ਰੂਫ ਮਤਲਬ ਆਪਣੀ ਕਿਚਨ ਨੂੰ ਸਿਉਂਕ ਨਹੀਂ ਲੱਗੂਗੀ ਇਸ ਚੀਜ਼ ਦੀ 10 ਸਾਲ ਦੀ ਗਾਰੰਟੀ ਹੈ 10 ਸਾਲ ਦੀ ਗਾਰੰਟੀ ਅਪਰ ਲਿਖ ਕੇ ਦੇਵਾਂਗੇ 10 ਸਾਲ ਦੇ ਵਿੱਚ ਸਿਉਂਕ ਨਹੀਂ ਲੱਗੂ ਜੇ ਲੱਗੂਗੀ ਤਾਂ ਆਪਾਂ ਬਾਕਸ ਚ ਚੇਂਜ ਕਰਕੇ ਦੇਵਾਂਗੇ ਉਸਦੀ ਦੀ ਰਿਸਪੋਨਸੀਬਿਲਟੀ ਸਾਡੀ ਹੋਊਗੀ ਬਟ ਕਿਚਨ ਦੀ ਤੁਸੀਂ ਦੇਖ ਰਹੇ ਹੋ ਲੁੱਕ ਕਾਫੀ ਵਧੀਆ ਬਣੀ ਹੋਈ ਹੈ ਡਿਜ਼ਾਈਨ ਕਾਫੀ ਯੂਨੀਕ ਬਣਾਇਆ ਜਿਹੜਾ ਆਪਾਂ ਇਹਦੇ ਲਈ ਤਿਆਰ ਕੀਤਾ ਜੀ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰੀਏ ਇਹ ਆ ਜੀ ਕਿਚਨ ਦਾ ਫਰੰਟ ਵਾਲਾ 뷰 ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਸਾਈਡ ਤੇ ਆਪਾਂ ਗੱਲ ਕਰੀਏ ਤੇ ਕਾਊਂਟਰ ਲੱਗਾ ਹੋਇਆ ਵਾ ਆਪਣਾ ਤੇ ਜੇ ਦੂਜੀ ਸਾਈਡ ਤੇ ਇਧਰ ਚਿਮਨੀ ਚੁੱਲੇ ਔਰ ਬਾਕਸ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਕਸ ਸ਼ੈਂਕਰ ਲੱਗਾ ਹੋਇਆ ਇਹ ਫਰੰਟ 뷰 ਆ ਇਹਦੇ ਚ ਆਪਾਂ ਬ੍ਰੇਕਫਾਸਟ ਕਾਊਂਟਰ ਦੀ ਪ੍ਰੋਵੀਜ਼ਨ ਵੀ ਦਿੱਤੀ ਆ ਔਰ ਓਵਨ ਮਾਈਕਰੋਵੇਵ ਪੈਂਟਰੀ ਔਰ ਫ੍ਰਿਜਰੀ ਪ੍ਰੋਵੀਜ਼ਨ ਵੀ ਹੈਗੀ ਆ ਤੇ ਪਹਿਲੋ ਆਪਾਂ ਗੱਲ ਕਰਾਂਗੇ ਮੇਨ ਜਿਹੜਾ ਆਪਣਾ ਪਾਰਟ ਹੁੰਦਾ ਵਾ ਹੋਬ ਚੁੱਲਾ ਉਸ ਏਰੀਆ ਦੀ ਗੱਲ ਕਰਦੇ ਇਹ ਤੁਸੀਂ ਦੇਖ ਰਹੇ ਹੋ ਜੀ ਸੈਂਟਰ ਦੇ ਵਿੱਚ ਆਪਣੇ ਜ ਚਿਮਨੀ ਦੀ ਆਪਾਂ ਪ੍ਰੋਵੀਜ਼ਨ ਦਿੱਤੀ ਹੈ ਇਹ ਆਪਾਂ ਜੇ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸਿਆ ਜਾਂ ਮਤਲਬ ਅੱਜ ਵੀ ਮੈਂ ਜਿਨ੍ਹਾਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਦੱਸ ਦੇ ਕਿ ਜਦੋਂ ਵੀ ਤੁਸੀਂ ਕਿਚਨ ਪਲਾਨ ਕਰਦੇ ਹੋ ਕੋਸ਼ਿਸ਼ ਕਰੋ ਕਿ ਜਿੱਥੇ ਵੀ ਆਪਣਾ ਚੁੱਲਾ ਲੱਗਣਾ ਵਾ ਚੁੱਲੇ ਦੇ ਉੱਪਰ ਜਿਹੜੀ ਚਿਮਨੀ ਲੱਗਣੀ ਉਹਦੀ ਪ੍ਰੋਵੀਜ਼ਨ ਹਮੇਸ਼ਾ 3 ਫੁੱਟ ਰੱਖੋ ਰੀਜ਼ਨ ਮੈਂ ਤੁਹਾਨੂੰ ਦੱਸ ਦੇਣਾ ਕਿਉਂਕਿ ਜੇ ਦੋ ਥੱਲੇ ਚੁੱਲਾ ਆਪਾਂ ਚਲਾਉਨੇ ਆ ਨਾ ਯੂਜ਼ ਕਰਦੇ ਉਹਦਾ ਸੇਕ ਹੁੰਦਾ ਜੇ ਤੁਸੀਂ ਉਹਨੂੰ 3 ਫੁੱਟ ਦੇ ਬਾਕਸ ਤੋਂ ਦੂਰ ਨਹੀਂ ਹੋਣਗੇ ਤੇ ਕੱਲ ਨੂੰ ਕੀ ਹੋਊਗਾ ਜਿਹੜੇ ਸਾਈਡ ਵਾਲੇ ਬਾਕਸਾਂ ਦੇ ਉੱਪਰ ਹੀਟ ਪਾਊਗੀ ਹੀਟ ਦੇ ਨਾਲ ਜਿਹੜੀ ਕਿਚਨ ਦਾ ਛੇਤੀ ਖਰਾਬ ਹੋ ਜਾਂਦੀ ਇਸ ਕਰਕੇ ਹਮੇਸ਼ਾ ਜੇ ਤੁਸੀਂ ਪਲਾਨ ਕਰ ਰਹੇ ਹੋ ਕਿਚਨ ਤੇ 3 ਫੁੱਟ ਦੇ ਏਰੀਆ ਹਮੇਸ਼ਾ ਖਾਲੀ ਰੱਖੋ ਔਰ ਜਿੱਥੇ ਤੁਸੀਂ ਆਪਾਂ ਚਿਮਨੀ ਦੀ ਪ੍ਰੋਵੀਜ਼ਨ ਦੇਣੀ ਆ ਤੇ ਅੱਗੇ ਗੱਲ ਕਰਦੇ ਆਪਾਂ ਚਿਮਨੀ ਦੇ ਦੋਨੋਂ ਸਾਈਡ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਜਿੱਤੇ ਇੱਧਰ ਵੀ ਤੇ ਉੱਧਰ ਵੀ ਇਹ ਆਪਾਂ ਪ੍ਰੋਫਾਈਲ ਦੇ ਪੱਲੇ ਲਗਾਏ ਆ ਜੀ ਐਲੂਮੀਨੀਅਮ ਪ੍ਰੋਫਾਈਲ ਤੇ ਔਰ ਵਿੱਚ ਟੈਂਟਡ ਗਲਾਸ ਯੂਜ਼ ਕੀਤਾ ਵਾ ਇਹ ਜਿਹੜਾ ਟੈਂਟेड ਕਲਾਸ ਆਪਾਂ ਬ੍ਰਾਊਨ ਕਲਰ ਦਾ ਯੂਜ਼ ਕੀਤਾ ਦੋਨੋਂ ਪਾਸੇ ਜੇ ਤੁਸੀਂ ਦੇਖ ਰਹੇ ਹੋ ਚਿਮਨੀ ਤੇ ਬਿਲਕੁਲ ਸੇਮ ਕਨਸੈਪਟ ਆ ਉੱਪਰ ਵੀ ਦੋ ਸਾਈਡ ਤੇ ਵੀ ਦੋ ਪੱਲੇ ਆ ਔਰ ਦੂਜੀ ਸਾਈਡ ਤੇ ਵੀ ਦੋ ਪੱਲੇ ਆ ਜੇ ਆਪਾਂ ਅੱਗੇ ਗੱਲ ਕਰੀਏ ਤੇ ਇਹ ਜਿਹੜਾ ਇੱਕ ਆਪਾਂ ਓਪਨ ਬਾਕਸ ਦਿੱਤਾ ਵਾ ਓਪਨ ਬਾਕਸ ਵਧੀਆ ਵਾ ਜੇ ਤੁਹਾਡੇ ਕੋਲ ਸਪੇਸ ਹੈ ਤੇ ਤੁਸੀਂ ਇੱਕ ਦਾ ਓਪਨ ਬਾਕਸ ਜ਼ਰੂਰ ਦਿਓ ਉਹਦੇ ਨਾਲ ਇੱਕ ਤੁਹਾਡੀ ਜਿਹੜੀ ਕਿਚਨ ਉਹਦੀ ਲੁੱਕ ਹੋਰ ਵਧੀਆ ਨਿਕਲਦੀ ਕਿਉਂਕਿ ਉਹਦੇ ਵਿੱਚ ਆਪਾਂ ਲਾਈਟਿੰਗ ਔਰ ਡੈਕੋਰੇਟਿਵ ਜਿਹੜੀ ਕੋਈ ਆਈਟਮਸ ਵਗੈਰਾ ਰੱਖ ਸਕਦੇ ਜਿਸ ਨਾਲ ਕਿਚਨ ਕਾਫੀ ਵਧੀਆ ਲੱਗਦੀ ਹੈ ਤੇ ਜੇ ਦੂਜੀ ਗੱਲ ਕਰਦੇ ਪ੍ਰੋਫਾਈਲ ਵਾਲੇ ਪੱਲਿਆਂ ਦੇ ਨਾਲ ਵੀ ਸੇਮ ਇੱਕ ਵਾਈਟ ਕਲਰ ਦਾ ਆਪਾਂ ਸਟੋਰੇਜ ਵਾਸਤੇ ਪੱਲਾ ਲਗਾਇਆ ਵਾ ਔਰ ਇਧਰਲੇ ਪਾਸੇ ਤੁਸੀਂ ਜਿਹੜਾ ਇਹ ਏਰੀਆ ਦੇਖ ਰਹੇ ਹੋ ਇਹ ਹੈਗਾ ਜੀ ਆਪਣਾ ਸ਼ੈਂ ਦੇ ਦੌਰ ਮੈਂ ਤੁਹਾਨੂੰ ਜਿਹੜਾ ਪਹਿਲਾਂ ਸ਼ੈਂਕ ਵਾਲਾ ਏਰੀਆ ਦਿਖਾਇਆ ਫਿਰ ਆਪਾਂ ਫ੍ਰਿਜ ਵਾਲੀ ਦੀ ਗੱਲ ਕਰਦੇ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਬਿਲਕੁਲ ਇਹ ਹੈਗਾ ਜੀ ਇਹਨਾਂ ਦਾ ਸ਼ੈਂਕ ਵਾਲਾ ਏਰੀਆ ਸ਼ੈਂਕ ਇਹਨਾਂ ਦਾ ਬਾਲਾ ਵੱਡਾ ਨਹੀਂ ਇਹਨਾਂ ਦਾ ਸ਼ੈਂਕ ਦਾ ਸਾਈਜ਼ ਆਪਾਂ 2 ਫੁੱਟ ਦਾ ਲਗਾਇਆ ਸਿੰਗਲ ਟੱਬ ਵਾਲਾ ਜਿਹੜਾ ਸ਼ੈਂਕੋ ਦਾ ਉਹ ਯੂਜ਼ ਕੀਤਾ ਗਿਆ ਵਾ ਔਰ ਉੱਪਰ ਇਹਦੇ ਬਿਲਕੁਲ ਸੇਮ ਜਿਹੜੇ ਆਪਾਂ ਜ਼ਿਆਦਾਤਰ ਤੁਸੀਂ ਦੇਖਣ ਹਰ ਇੱਕ ਜੰਚੇ ਰਿਕੁਆਇਰਮੈਂਟ ਹੁੰਦੀ ਆ ਲਾਈਕ ਜਿੱਦਾਂ ਆਪਾਂ ਕਹਿ ਲਈਏ ਕਿ ਅ ਚਿੱਟ ਪਰ ਡਿਟੋ ਗਿਆ ਪਰ ਕਿ ਡਿਸ਼ ਰੈਕ ਬੋਲ ਦਿੰਦੇ ਆ ਜਾਂ ਜੀਟੀਬੀਟੀ ਬੋਲ ਦਿੰਦੇ ਆ ਉਹ ਪਰਪਤ 2 ਢਾਈ ਜਾਂ 3 ਫੁੱਟ ਦੀ ਲਗਾ ਸਕਦੇ ਹੋ ਤੁਸੀਂ ਆਪਦੀ ਜਗ੍ਹਾ ਦੇ ਅਕੋਰਡਿੰਗ ਲਗਵਾ ਸਕਦੇ ਆ ਉਹਦੇ ਚ ਸਾਇਦ 2 ਫੁੱਟ ਵੀ ਆਉਂਦਾ ਢਾਈ ਵੀ ਆਉਂਦਾ ਔਰ 3 ਫੁੱਟ ਵੀ ਆਉਂਦਾ ਤੁਸੀਂ ਜਗ੍ਹਾ ਦੇ ਅਕੋਰਡਿੰਗ ਉਹ ਜ਼ਰੂਰ ਲਗਵਾਓ ਹਨ ਤੇ ਇਹਦੇ ਚ ਆਪਾਂ ਉੱਪਰ ਜਿਹੜੀ ਪ੍ਰੋਵੀਜ਼ਨ ਡਿਸ਼ ਰੈਕ ਦੀ ਦਿੱਤੀ ਆ ਜੇ ਸ਼ੈਂਕ ਤੋਂ ਥੱਲੇ ਦੀ ਗੱਲ ਕਰਦੇ ਆਪਾਂ ਤੇ ਇਹਦੇ ਆਪਾਂ ਥੱਲੇ ਤੁਸੀਂ ਦੇਖ ਰਹੇ ਹੋਗੇ ਇਹਦੇ ਦੋ ਪੱਲੇ ਲੱਗੇ ਹੋਏ ਇੱਕ ਦੇ ਥੱਲੇ ਆਪਾਂ ਡਸਟਬਿਨ ਔਰ ਲਿਕਵਿਡ ਜੈਂਟਰ ਹੈ ਇੱਕ ਇੱਕ ਕਾਰਨਰ ਇੱਕ ਦੇ ਵਿੱਚ ਡਸ ਦੋ ਪ੍ਰਵੀਜ਼ਨ ਆਪਰ ਪੱਲੇ ਕੋ ਕਿਤੇ ਨਾ ਇਸ ਸਾਈਡ ਤੋਂ ਅੱਗੇ ਅਗਲੀ ਸਾਈਡ ਡੋਰ ਆਉਂਦਾ ਆ ਜਾਂਦਾ ਡੋਰ ਕਰਕੇ ਫਿਰ ਆਪਾਂ ਇਹ ਦੇ ਜਿਹੜਾ ਸਿੰਗਲ ਸ਼ਿੰਕ ਲੱਗਾ ਉਹ ਸ਼ਿੰਕ ਦੇ ਥੱਲੇ ਆਪਣਾ ਡਸਟਬਿਨ ਦੀ ਪ੍ਰਵੀਜ਼ਨ ਹੁੰਦੀ ਹੈ ਮੋਸਟਲੀ ਹਰੇਕ ਕਿਚਨ ਦੇ ਵਿੱਚ ਤੁਸੀਂ ਜਿਨ੍ਹਾਂ ਨੇ ਵੀਡੀਓ ਪੁਰਾਣੀਆਂ ਦੇਖਿਆ ਉਹ ਤੁਸੀਂ ਦੇਖਿਆ ਹਣਾ ਹਰੇਕ ਦੇ ਵਿੱਚ ਆਪਾਂ ਮਤਲਬ ਡਸਟਬਿਨ ਦੀ ਪ੍ਰਵੀਜ਼ਨ ਦਿੰਨੇ ਆ ਇਹ 9 ਲੀਟਰ ਔਰ 14 ਲੀਟਰ ਚ ਆਉਂਦੇ ਮੋਸਟਲੀ ਚਾਹ ਮੈਂ 9 ਲੀਟਰ ਪ੍ਰੇਫਰ ਕਰਦਾ ਰੀਜ਼ਨ ਕਿ ਜੇ ਤੁਸੀਂ 14 ਲੀਟਰ ਦਾ ਯੂਜ਼ ਕਰੋ ਤੇ ਉਹਦੇ ਨਾਲ ਤੁਹਾਡਾ ਜਿਹੜਾ ਪੱਲਾ ਛੇਤੀ ਡੈਮੇਜ ਹੋ ਸਕਦਾ ਜਿੱਦੇ ਵਿੱਚ ਮਤਲਬ ਕਬਜੇ ਤੇ ਵਜ਼ਨ ਜ਼ ਯੂਜ਼ ਕਰੋ ਜਸਟ ਬੀ ਹੁਣ ਆਪਾਂ ਗੱਲ ਕਰਾਂਗੇ ਜੀ ਜਿਹੜਾ ਫ੍ਰਿਜ ਵਾਲਾ ਏਰੀਆ ਨਾ ਫ੍ਰਿਜ ਵਾਲਾ ਏਰੀਆ ਤੇ ਮੈਂ ਤੁਹਾਨੂੰ ਜਿਹੜਾ ਸਟਾਰਟਿੰਗ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਇਹ ਹੈਗਾ ਜੀ ਆਪਣੇ ਕਾਊਂਟਰ ਦੀ ਸਪੇਸ ਹੈਗੀ ਆ ਤੇ ਕਾਊਂਟਰ ਦੇ ਉੱਪਰ ਦੇਖ ਰਹੇ ਨਾ ਉੱਪਰ ਸਲੈਬਸ ਦੇਖ ਰਹੇ ਇਹ ਆਪਾਂ ਓਪਨ ਸਲੈਬਸ ਦਿੱਤੀ ਹੈ ਜਿਹੜੀਆਂ ਦੇਖਣ ਨੂੰ ਕਾਫੀ ਵਧੀਆ ਲੱਗਦੀ ਹੈ ਆਪਾਂ ਜਿਹੜੀਆਂ ਵੁੱਡਨ ਟੱਚ ਹੋ ਥੱਲੇ ਜਿਹੜੀ LED ਲਾਈਟ ਦੀ ਪ੍ਰੋਵੀਜ਼ਨ ਦਿੱਤੀ ਹੈ ਜਾਂ ਜੋ ਜਦੋਂ ਜਗੋਗੇ ਤੇ ਲੁੱਕ ਕਾਫੀ ਵਧੀਆ ਨਿਕਲ ਕੇ ਆਊਗੀ ਤੇ ਉਸ ਤੋਂ ਅੱਗੇ ਆਪਾਂ ਹਮੇਸ਼ਾ ਜਿਹੜੀ ਫ੍ਰਿਜ ਦੀ ਸਪੇਸ ਆ ਤੁਸੀਂ ਜ਼ਿਆਦਾ ਬਟ ਇਹ ਤੁਸੀਂ ਜਗ੍ਹਾ ਦੇ ਅਕੋਰਡਿੰਗ ਵੱਡੀ ਛੋਟੀ ਕਰ ਸਕਦੇ ਪਰ ਅਸੀਂ ਵੱਡਾ ਤਾਂ ਕਰਕੇ ਫ੍ਰਿਜ ਦੀ ਸਪੇਸ ਦਿੰਨੇ ਆ ਕਿਉਂਕਿ ਕੱਲ ਨੂੰ ਪਤਾ ਨਹੀਂ ਹੁੰਦਾ ਫੈਮਿਲੀ ਵੱਡੀ ਆ ਜਾਂ ਮਤਲਬ ਕੁਝ ਵੀ ਆ ਤੁਹਾਡਾ ਮਨ ਬਣ ਜਾਂਦਾ ਕੋਈ ਸੌਣ ਵਾਲੀ ਸਮੇਂ ਦੇ ਵਿੱਚ ਵੀ ਆਪਾਂ ਵੱਡੀ ਫ੍ਰਿਜ ਲੈਣੀ ਹੈ ਜੇ ਉਹਦੀ ਸਪੇਸ ਹੋਊਗੀ ਦੀ ਕਿਉਂਕਿ ਕਿਚਨ ਤੇ ਕਾਫੀ ਪੈਸੇ ਲੱਗ ਜਾਂਦੇ ਜੇ ਉਹਦੀ ਸਪੇਸ ਖੁੱਲੀ ਆਪਾਂ ਰੱਖੀ ਹੋਊਗੀ ਕੱਲ ਨੂੰ ਪ੍ਰੋਵੀਜ਼ਨ ਹੋਊਗੀ ਤੇ ਆਪਾਂ ਵੱਡੀ ਫ੍ਰਿਜ ਵੀ ਰੱਖ ਸਕਦੇ ਇਹ ਜਿਹੜੀ ਤੁਸੀਂ ਫ੍ਰਿਜ ਦੇਖ ਰਹੇ ਹੋ ਇਹ ਇਹਦੀ ਆਪਾਂ ਜਿਹੜੀ ਚੜਾਈ ਰੱਖਿਆ ਵੈਸੇ ਤਾਂ 3 ਫੁੱਟ ਦੀ ਹੁੰਦੀ ਹੈ ਬਟ ਇਹਦੀ ਜਿਹੜੀ ਸਪੇਸ ਰੱਖੀ ਹੋ ਆ ਦੋ ਪਾਸੇ ਥੋੜੀ ਜਿਹੀ ਸਪੇਸ ਖਾਲੀ ਆ ਕਿਉਂਦੀ ਹਵਾ ਦੀ ਕਰਾਸਿੰਗ ਲਈ ਔਰ ਇਹਦੇ ਚ ਜਿਹੜੀ 40 ਇੰਚ ਦੀ ਸਪੇਸ ਦੇ ਵਿੱਚ ਆਪਣੀ ਜਿਹੜੀ ਵੱਡੀ ਅਲਮੀਰਾ ਟਾਈਪ ਡਬਲ ਡੋਰ ਆ ਜਿਹੜੀ ਇਹ ਫ੍ਰਿਜ ਅਲਮੀਰਾ ਟਾਈਪ ਡਬਲ ਡੋਰ ਆ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਈਜ਼ੀਲੀ ਤੁਸੀਂ ਇੱਥੇ ਆਪਾਂ ਫਿੱਟ ਕਰ ਸਕਦੇ ਆ ਤੇ ਫ੍ਰਿਜ ਦੇ ਉੱਪਰ ਵੀ ਇੱਕ ਜੇ ਪੱਲੇ ਦੀ ਗੱਲ ਕਰੀਏ ਆਪਾਂ ਜਿਹੜਾ ਮਤਲਬ ਬਣਾਇਆ ਹੋਇਆ ਵਾ ਸਟੋਰੇਜ ਵਾਸਤੇ ਇਹ ਡੂੰਗਾ ਕਾਫੀ 2 ਫੁੱਟ ਦਾ ਪੱਲਾ ਹੋ ਜਾਂਦਾ ਵਾ ਔਰ ਕਬ ਬਾਕਸ 2 ਫੁੱਟ ਦਾ ਡੂੰਗਾ ਤੇ ਕਾਫੀ ਵਧੀਆ ਲੱਗਦਾ ਜੇ ਉਸ ਤੋਂ ਅੱਗੇ ਆਪਾਂ ਗੱਲ ਕਰੀਏ ਫ੍ਰਿਜ ਦੇ ਇਹ ਇਹ ਜਿਹੜੀ ਪੈਂਟਰੀ ਦੇ ਵਿੱਚ ਆਪਣੀਆਂ ਬਾਸਕਟਸ ਹੁੰਦੀਆਂ 12 ਬਾਸਕਟਸ ਹੁੰਦੀਆਂ ਤੇ ਦੇਖਣ ਨੂੰ ਮਤਲਬ ਕਾਫੀ ਸਟੋਰੇਜ ਜਿਹੜੀ ਆਪਣੀ ਕਵਰ ਕਰ ਜਾਂਦੀ ਹੈ ਦੇਖਣ ਨੂੰ ਵੀ ਬਹੁਤ ਕਾਫੀ ਵਧੀਆ ਲੱਗਦੇ ਡਿਜ਼ਾਈਨ ਕਾਫੀ ਯੂਨੀਕ ਤਿਆਰ ਕੀਤਾ ਗਿਆ ਹੈ ਨਾ ਤੇ ਇਸ ਡਿਜ਼ਾਈਨ ਦੇ ਵਿੱਚ ਅੱਗੇ ਆਪਾਂ ਜੇ ਪੈਂਟਰੀ ਤੋਂ ਅਗਲੀ ਸੈਟ ਗੱਲ ਕਰੀਏ ਤੇ ਓਵਨ ਮਾਈਕਰੋਵੇਵ ਦੀ ਆ ਜਾਂਦੀ ਹੈ ਪ੍ਰੋਵੀਜ਼ਨ ਓਵਨ ਮਾਈਕਰੋਵੇਵ ਹਮੇਸ਼ਾ ਜਿਹੜਾ ਓਵਨ ਉਹ ਥੱਲੇ ਲੱਗਦਾ ਤੇ ਓਵਨ ਮਾਈਕਰੋਵੇਵ ਉੱਪਰ ਲੱਗਦਾ ਇਹ ਜਿਹੜਾ ਸਮਥਿੰਗ ਜਿਹੜਾ ਮਾਈਕਰੋਵੇਵ ਇਹ 30 ਲੀਟਰ ਹੁੰਦਾ ਤੇ ਜਿਹੜਾ ਓਵਨ ਹਦੋਂ 65 ਤੋਂ ਮਤਲਬ 76 68 ਇਸ ਲਈ ਇਹਨੇ ਚਾਹੁੰਦਾ ਉਹ ਕੰਪਨੀ ਤੇ ਡਿਪੈਂਡ ਕਰਦਾ ਕਿ ਉਹਨਾਂ ਦਾ ਕਿੰਨੇ ਲੀਟਰ ਦਾ ਹੈਗਾ ਤੇ ਇਹ ਜੇ ਆਪਾਂ ਉਹਦੇ ਓਵਨ ਮਾਈਕ੍ਰੋਵੇਵ ਤੇ ਉੱਪਰ ਦੀ ਗੱਲ ਕਰਦੇ ਆਂ ਤੇ ਇਹਦੇ ਵਿੱਚ ਵੀ ਆਪਾਂ ਇੱਕ ਸਟੋਰੇਜ ਵਾਸਤੇ ਪੱਲਾ ਲਗਾਇਆ ਔਰ ਥੱਲੇ ਥੱਲੇ ਵੀ ਆਪਾਂ ਇਹਦੇ ਸਟੋਰੇਜ ਦਿੱਤੀ ਹੋਈ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਇੱਕ ਕਾਊਂਟਰ ਦੀ ਤੇ ਇਹਦਾ ਕਾਊਂਟਰ ਦਾ ਡਿਜ਼ਾਈਨ ਦਿਖਾਉਣਾ ਮੈਂ ਤੁਹਾਨੂੰ ਇਹ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹ ਹੈਗਾ ਜੀ ਕਾਊਂਟਰ ਦਾ ਡਿਜ਼ਾਈਨ ਹੈ ਨਾ ਕਾਊਂਟਰ ਦਾ ਡਿਜ਼ਾਈਨ ਜੀ ਤੁਸੀਂ ਦੇਖ ਰਹੇ ਹੋ ਵੁੱਡਨ ਦੀਆਂ ਫੱਟੀਆਂ ਵਗੈਰਾ ਆਪਾਂ ਲਗਾ ਕੇ ਕਾਫੀ ਵਧੀਆ ਜੀ ਕਾਊਂਟਰ ਦੇ ਸਾਈਜ਼ ਦੀ ਗੱਲ ਕਰੀਏ ਨੀਅਰ ਬੋਰਡ 3.5 ਤੋਂ 4 ਫੁੱਟ ਦਾ ਜਿਹੜਾ ਕਾਊਂਟਰ ਆਪਾਂ ਲਗਾ ਰਹੇ ਹਾਂ ਤੇ ਇਹ ਜੇ ਦੇਖੋ ਤੁਸੀਂ ਇਹ ਨਾ ਇੱਕ ਜਦੋਂ ਤੁਸੀਂ ਫਰੰਟ 뷰 ਦੇਖੋਗੇ ਕਿਚਨ ਦਾ ਤੇ ਦੇਖਣ ਨੂੰ ਕਾਫੀ ਵਧੀਆ ਲੱਗਦਾ ਜਦੋਂ ਤੁਸੀਂ ਦੇਖ ਰਹੇ ਹੋ ਵੀ ਉਹਨਾਂ ਇੱਕ ਸਾਈਡ ਤੇ ਕਾਊਂਟਰ ਲੱਗਾ ਦੂਸਰੀ ਵਾਰ ਚੁੱਲਾ ਜਾਂ ਫ੍ਰਿਜ ਦਿਖ ਰਹੀ ਹੈ ਜਾਂ ਓਪਨ ਸਲੈਬਸ ਵੀ ਤੁਸੀਂ ਉਹ ਦੇਖ ਰਹੇ ਹੋ ਦਿਖ ਰਹੀਆਂ ਤੇ ਦੇਖਣ ਨੂੰ ਕਾਫੀ ਅੱਛਾ ਲੱਗਦਾ ਇਸ ਕਰਕੇ ਜਿਹੜਾ ਕਾਊਂਟਰ ਤੇ ਜੇ ਤੁਹਾਡੇ ਕੋਲ ਸਪੇਸ ਹੈਗੀ ਤੁਸੀਂ ਲੈ ਸਕਦੇ ਹੋ ਨਾ ਤੇ ਉਹ ਲਗਾਉਣਾ ਚਾਹੀਦਾ ਵਾ ਬਾਕੀ ਕਿਚਨ ਦਾ ਡਿਜ਼ਾਈਨ ਕਿਦਾਂ ਦਾ ਲੱਗਾ ਹਣਾ ਤੁਸੀਂ ਦੱਸ ਰਹੇ ਤਾਂ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦਾ ਲੱਗਾ ਜੇ ਚੰਗਾ ਲੱਗਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਆਪ ਤੁਸੀਂ ਨਹੀਂ ਵੀ ਬਣਾਉਣੀ ਆ ਆਪਣੇ ਫਰੈਂਡਸ ਨਾਲ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਦੇ ਆ ਕਰੋ ਅਸੀਂ ਇਦਾਂ ਦੀਆਂ ਤੁਹਾਡੇ ਲਈ ਇਨਫੋਰਮੇਸ਼ਨ ਇੰਟੀਰੀਅਰ ਨਾਲ ਰਿਲੇਟਰ ਲੈ ਕੇ ਆਉਂਦੇ ਰਵਾਂਗੇ ਮੇਨ ਫੋਕਸ ਆਪਣਾ ਹਜੇ ਕਿਚਨ ਤੇ ਹੀ ਆ ਕਿਚਨ ਤੇ ਹੀ ਆਪਾਂ ਮੇਨ ਕਰਦੇ ਆ ਤੇ ਜਿੰਨਾ ਵੀ ਹੋ ਸਕੇ ਆਪਾਂ ਜਿਹੜੀਆਂ ਕਿਚਨ ਦੀਆਂ ਹਰੇਕ ਪ੍ਰੋਬਲਮਸ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿੰਨੀਆਂ ਵੀ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਕੋਈ ਵੀ ਕੱਲ ਨੂੰ ਨਾ ਆਵੇ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋ ਤੁਸੀਂ ਕਮੈਂਟ ਕਰਕੇ ਪੁੱਛ ਲਓ ਜਾਂ ਨੈਕਸਟ ਵੀਡੀਓ ਆਪਾਂ ਤੁਹਾਡੇ ਲਈ ਉਸ ਇਨਫੋਰਮੇਸ਼ਨ ਤੇ ਬਣਾ ਦੇਵਾਂਗੇ ਤੇ ਠੀਕ ਹੈ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਚ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਾਕੀ ਜੇ ਤੁਸੀਂ ਵੀ ਕੰਟੈਕਟ ਕਰਨਾ ਕਿਚਨ ਬਣਾ ਰਹੇ ਆ ਤੇ 9464010108 ਦੇ ਉੱਪਰ ਕੰਟੈਕਟ ਕਰ ਲਓ ਕਾਲ ਕਰ ਲਓ WhatsApp ਕਰ ਲਓ ਤੁਹਾਨੂੰ ਪੂਰੀ ਇਨਫਰਮੇਸ਼ਨ ਦਿੱਤੀ ਜਾਊਗੀ ਤੇ ਵੀਡੀਓ ਵੇਖ ਲਈ ਤੁਹਾਡਾ ਬਹੁਤ ਧੰਨਵਾਦ ਆ ਜੀ ਤੇ ਮਿਲਦੇ ਆ ਅਗਲੀ ਵੀਡੀਓ ਤੇ ਫਿਰ ਸਤਿ ਸ਼੍ਰੀ ਅਕਾਲ